ਅੱਜ ਆਪਾਂ ਚੱਲੇ ਹਾਂ ਦੋਸਤੋ ਚੰਡੀਗੜ੍ਹ ਅਤੇ ਤੁਹਾਨੂੰ ਦਿਖਾਵਾਂਗੇ UK ਦਾ ਵੀਜ਼ਾ ਤੁਸੀਂ ਆਪ ਕਿਵੇਂ ਅਪਲਾਈ ਕਰ ਸਕਦੇ ਹਾਂ ਅਤੇ ਉਹਦੇ ਲਈ ਕਿਹੜੇ ਕਿਹੜੇ ਪੇਪਰ ਜ਼ਰੂਰੀ ਆ ਅਤੇ ਤੁਸੀਂ ਕਿਸ ਤਰ੍ਹਾਂ UK ਦਾ ਵੀਜ਼ਾ ਲੈ ਸਕਦੇ ਹਾਂ। 6:30 ਹੋ ਗਏ ਆ ਅਤੇ 9 ਵਜੇ ਦੀ ਚੰਡੀਗੜ੍ਹ ਅਪੁਆਇੰਟਮੈਂਟ ਆ ਅਤੇ ਆਪਾਂ ਕਾਫੀ ਲੇਟ ਹਾਂ ਅਤੇ ਬਾਕੀ ਰਸਤੇ ਜਾਂਦੇ ਜਾਂਦੇ ਥੋੜ੍ਹੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਆਓ ਫਿਰ ਚੱਲੀਏ। कारण यह है कि तुम UK का वीज़ा किदा अपलाई कर सकते हैं कि किसी बिना किसी एजेंट की मदद तो कि अपलाई कर सकते हैं ना। तो सब तो पहला तो थोड़े को पासपोर्ट का तुम्हें पता ही है, आ मेरा पासपोर्ट है ठीक है, तो आल मेरा एक पुराना पासपोर्ट है। पुराना पासपोर्ट तो मैं की दिखा, तो असं घरों उ 6 बजे निकले थे, तो हूँ असं है आई थिंक कुराली पहुँच गए हैं। तो यह अपॉइंटमेंट है हेल्थ इंश्योरेंस या फिर ट्रैवल इंश्योरेंस तुम ला सकते हैं है ना, क्योंकि अजकल कोविड का भी रौला आ, तो जो तुम वीज़ा अपलाई करते हैं तो घट्टो घट इंश्योरेंस नाल जरूर लाओ। दरअसल एजेंट करता की है, एजेंट थोड़े जे जिन्हें जेन्युइन पेपर आ ना
ਉਹ ਸਾਰੇ ਜੈਨੂਅਨ ਪੇਪਰ ਤੁਹਾਡੇ ਤੋਂ ਲੈ ਲੈਂਦਾ ਤੇ ਇੱਕ ਫਾਰਮ ਭਰਦਾ। ਉਹ ਫਾਰਮ ਭਰਨ ਦਾ ਹੀ ਤੁਹਾਡੇ ਤੋਂ 20-25,000 30,000 40,000 50,000 ਇੱਦਾਂ ਚਾਰਜਸ ਕਰੀ ਜਾਂਦੇ ਆ। ਜਦਕਿ ਸਹੀ ਮਾਇਨੇ 'ਚ ਇੱਕ ਫਾਰਮ ਭਰਨ ਦੀ ਸਿਰਫ ਇੱਕ ਫਾਰਮ ਭਰਨ ਦੀ ਇੰਨੇ ਪੈਸੇ ਦੇਣੇ ਮੈਨੂੰ ਨਹੀਂ ਲੱਗਦਾ ਜਾਇਜ਼ ਹੈ ਨਾ। ਅਤੇ ਬਾਕੀ ਮੈਂ ਤੁਹਾਨੂੰ ਵੈਬਸਾਈਟ ਵੀ ਦੱਸ ਦੂੰਗਾ ਕਿਉਂਕਿ ਹੁਣ ਕਿੱਦਾਂ ਵੈਬਸਾਈਟ 'ਤੇ ਜਾ ਕੇ ਕਿੱਦਾਂ ਕੀ ਕੁਛ ਕੀਤਾ ਜਾ ਸਕਦਾ। ਉਸ ਤੋਂ ਬਾਅਦ ਵਿੱਚ ਤੁਹਾਡੀ ਸਪੋਂਸਰ, ਆਹ ਮੇਨ ਸਪੋਂਸਰ ਆ ਜੀ, ਠੀਕ ਆ ਜੀ, ਆਹ ਸਪੋਂਸਰ ਆ। ਅਤੇ ਸਪੋਂਸਰ ਤੋਂ ਬਾਅਦ ਇੱਕ ਜਿਹਨੇ ਸਪੋਂਸਰ ਭੇਜੀ ਆ, ਇਹ ਮੇਰੇ ਫੁੱਫੜ ਜੀ ਨੇ ਸਪੋਂਸਰ ਭੇਜੀ ਆ ਮੈਨੂੰ। ਅਤੇ ਜਿਹਨੇ ਸਪੋਂਸਰ ਭੇਜੀ ਆ ਇੱਕ ਉਹਦੇ ਪਾਸਪੋਰਟ ਦੀ ਕਾਪੀ, ਉਸ ਤੋਂ ਇਲਾਵਾ ਹੋਰ ਕੋਈ ਪੇਪਰ ਲਾਉਣ ਦੀ ਲੋੜ ਨਹੀਂ। ਸਪੋਂਸਰ ਦਾ ਘਰ, ਸਪੋਂਸਰ ਦੇ ਕੋਲ ਘਰ ਹੈਗਾ ਕਿ ਨਹੀਂ ਹੈਗਾ, ਸਪੋਂਸਰ ਦੇ ਕੋਲ ਕਿੰਨੇ ਪੈਸੇ ਆ, ਕਿੰਨੇ ਉਹਦੇ ਅਕਾਊਂਟ 'ਚ ਆ, ਜਾਂ ਕੀ ਕਰਦਾ ਕੀ ਨਹੀਂ ਕਰਦਾ। ਕਿਉਂਕਿ UK ਅੰਬੈਸੀ ਸਪੋਂਸਰ ਭੇਜਣ ਵਾਲੇ ਦਾ ਜਦੋਂ ਪਾਸਪੋਰਟ ਨੰਬਰ ਨਾ ਮਤਲਬ ਆਪਣੇ ਸਿਸਟਮ 'ਚ ਪਾਉਂਦੀ ਆ ਤਾਂ ਸਾਰਾ ਕੁਛ ਸਪੋਂਸਰ ਭੇਜਣ ਵਾਲੇ ਦਾ ਬਾਇਓਡਾਟਾ ਨਿਕਲ ਆਉਂਦਾ ਵੀ ਉਹਦੇ ਕੋਲ ਕੀ ਆ, ਉਹ ਮਤਲਬ ਉਹਨੇ ਅੱਜ ਤਾਈਂ ਕੀ ਕੁਛ ਕੀਤਾ, ਗੌਰਮੈਂਟ ਨੂੰ ਟੈਕਸ ਦਿੱਤਾ ਕਿ ਨਹੀਂ ਦਿੱਤਾ, ਮਤਲਬ ਸਾਰਾ ਕੁਛ ਉਹਦਾ ਨਿਕਲ ਆਉਂਦਾ। ਹੁਣ ਕਈ ਕਹਿੰਦੇ ਆ ਕਿ ਮਤਲਬ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦੇ ਹੋਣੇ ਵੀ ਸਾਨੂੰ ਸਪੋਂਸਰ ਭੇਜ ਦਿਉ, ਉਹ ਅਗਲਾ ਕਹਿੰਦਾ ਯਾਰ ਇੰਨੇ ਪੇਪਰ ਨਹੀਂ ਬਣਦੇ, ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਸਿਰਫ ਆਹ ਸਪੋਂਸਰ ਬਣਾਉਣ ਨੂੰ। ਲਾਸਟ ਮੈਨੂੰ ਫੁੱਫੜ ਜੀ ਨੇ ਦੱਸਿਆ ਸੀ ਆਹ ਸਪੋਂਸਰ ਆ ਇਸ ਪੇਪਰ ਦਾ, ਫੁੱਫੜ ਜੀ ਨੇ ਮੈਨੂੰ ਦੱਸਿਆ ਕਿ ਮੈਥੋਂ 5-10 pounds ਉਹਨਾਂ ਦਾ ਖਰਚਾ ਆਇਆ ਸੀ। 10 pounds ਮਤਲਬ ਤੁਸੀਂ ਹਿਸਾਬ ਲਾ ਲਓ ਕਿ 900 rupees ਖਰਚਾ ਆਇਆ ਸੀ, ਹੈ ਨਾ। ਬਾਈ ਇਹ ਕਿ ਸਪੋਂਸਰ ਭੇਜਣ ਵਾਲਾ ਤੁਹਾਨੂੰ ਦਿਲੋਂ ਸਪੋਂਸਰ ਭੇਜੇ, ਜੇ ਬਹਾਨੇ ਲਾਉਣੇ ਆ ਤਾਂ ਬਹਾਨੇ ਮਾਰਨੇ ਵਾਲੇ ਤਾਂ ਬਥੇਰੇ। ਬਾਅਦ ਵਿੱਚ ਸਪੋਂਸਰ ਤੋਂ ਬਾਅਦ ਵਿੱਚ ਆ ਜਾਂਦਾ ਤੁਹਾਡੇ ਜਿਹੜੇ ਤੁਸੀਂ ਕੋਈ ਕੰਮ ਕਾਰ ਕਰਦੇ ਆ, ਤੁਹਾਡੀ ਕੋਈ ਸ਼ੌਪ ਆ, ਤੁਹਾਡਾ ਕੋਈ ਆਪਣਾ ਬਿਜ਼ਨਸ ਆ, ਜਾਂ ਤੁਹਾਡੀ ਕੋਈ ਖੇਤੀਬਾੜੀ ਕਰਦੇ ਆ, ਖੇਤੀਬਾੜੀ ਜਿਹੜੇ ਕਰਦੇ ਆ ਕਿਸਾਨਾਂ ਲਈ ਉਹ ਜੇ ਫਾਰਮ ਆਪਾਂ ਲਾ ਸਕਦੇ ਹਾਂ। ਉਸ ਤੋਂ ਬਾਅਦ ਤੁਹਾਡੀ ITR ਇਨਕਮ ਟੈਕਸ ਰਿਟਰਨ, ਤੁਸੀਂ ਜਿਹੜੀ ਆਪਾਂ ਅੱਜ ਕੱਲ੍ਹ ਤਾਂ ਹਰੇਕ ਤਕਰੀਬਨ ਕੋਈ ਭਰਦਾ ਹੀ ਆ, ਅਤੇ ਉਹਦੇ ਲਈ ਵੀ ਗੌਰਮੈਂਟ ਨੇ ਇੱਕ ਨਵਾਂ ਕੰਮ ਕਰ ਦਿੱਤਾ। ਅੱਗੇ ਪਹਿਲਾਂ ਕੀ ਹੁੰਦਾ ਸੀ ਕਿ ਜਿਹੜੇ ਖੇਤੀਬਾੜੀ ਵੀ ਕਰਦੇ ਸੀਗੇ ਅਤੇ ਉਹ ਏਜੰਟਾਂ ਮਤਲਬ ਜਾਂਦੇ ਸੀਗੇ CA ਦੇ ਕੋਲ ਕਿ ਸਾਨੂੰ ਸਾਡੀ ਉਹ CA ਦੇ ਕੋਲ ਜਾਂਦੇ ਸੀ ਕਿ ਸਾਡੀ ITR ਭਰ ਦਿਉ, ਤਾਂ ਅੱਗੇ ITR ਭਰਨ ਲਈ 6-7-8 lakh ਦੀ ITR ਜਿੱਦਾਂ ਮਰਜ਼ੀ ਭਰ ਲਓ 1,000 rupees ਲੱਗਦਾ ਸੀ, 5-7 hours, 2,000 ਲੱਗਦਾ ਸੀ। ਹੁਣ ਗੌਰਮੈਂਟ ਨੇ ਕੀ ਕਰ ਦਿੱਤਾ, ਗੌਰਮੈਂਟ ਨੇ ਕਹਿ ਦਿੱਤਾ ਵੀ ਪੰਜਾਬ ਦੇ ਲੋਕ ਬਾਹਰ ਬਹੁਤ ਜਾਂਦੇ ਆ, ਵੀ ਸਾਨੂੰ ਤਾਂ ਕੁਛ ਮਿਲਦਾ ਨਹੀਂ, ਏਜੰਟ ਮੋਟੇ ਪੈਸੇ ਕਮਾਈ ਜਾਂਦੇ ਆ। ਗੌਰਮੈਂਟ ਨੇ ਹੁਣ ਕਰਤਾ ਕਿ 6 lakh ਤੋਂ ਉੱਪਰ ਜੇ ਤੁਸੀਂ ਰਿਟਰਨ ਭਰਦੇ ਆ, 6 lakh 1 rupee ਦੀ ਵੀ ਜੇ ਤੁਸੀਂ ਰਿਟਰਨ ਭਰਦੇ ਤਾਂ ਗੌਰਮੈਂਟ ਨੂੰ 12,000 ਟੈਕਸ ਉਸੇ ਵੇਲੇ ਦੇਣਾ ਪੈਣਾ। ਅਤੇ ਉਸ ਤੋਂ ਬਾਅਦ ITR ਤੋਂ ਬਾਅਦ ਜੋ ਵੀ ਤੁਹਾਡੀਆਂ ਬੈਂਕ ਸਟੇਟਮੈਂਟਸ, ਜੋ ਤੁਹਾਡੀ ਪ੍ਰੋਪਰਟੀ ਆ, ਪ੍ਰੋਪਰਟੀ ਦੀ ਵੈਲੂਏਸ਼ਨ, ਉਹ ਸਾਰੇ ਪੇਪਰ ਲਾ ਕੇ ਉਹਨਾਂ ਸਾਰਿਆਂ ਦੀ ਟਰਾਂਸਲੇਟ ਕਰਾ ਕੇ ਅਤੇ ਉਹਨਾਂ ਨੂੰ ਨੋਟਰੀ ਟੈਸਟਡ ਕਰਾ ਕੇ ਅਤੇ ਫਿਰ ਤੁਸੀਂ ਅੰਬੈਸੀ ਦੇ ਵਿੱਚੋਂ ਆਪਣੀ ਅਪੁਆਇੰਟਮੈਂਟ ਚੱਕ ਕੇ ਤਾਂ ਅੰਬੈਸੀ 'ਚ ਵੀਜ਼ਾ ਫਾਈਲ ਕਰ ਸਕਦੇ ਹਾਂ, ਜਿਹੜਾ ਕਿ ਅੱਜ ਅਸੀਂ ਹੁਣ ਕਰਨ ਜਾ ਰਹੇ ਹਾਂ। ਬਾਕੀ ਇਹ ਵੀਡੀਓ ਪੂਰੀ ਤਾਂ ਉਦੋਂ ਹੋਣੀ ਆ ਜਿੱਦਣ ਪਾਸਪੋਰਟ ਵਾਪਸ ਆਉਂਦਾ, ਦੇਖਦੇ ਹਾਂ ਵੀ ਜੇ ਵੀਜ਼ਾ ਲੱਗਦਾ ਤਾਂ ਵੀ ਤੁਹਾਨੂੰ ਦੱਸਾਂਗੇ, ਜੇ ਨਹੀਂ ਲੱਗਦਾ ਤਾਂ ਵੀ ਤੁਹਾਨੂੰ ਦੱਸਾਂਗੇ। ਉਹ ਡਿਪੈਂਡ ਕਰਦਾ ਹੁਣ ਅੰਬੈਸੀ 'ਤੇ। ਬਾਕੀ ਇੱਕ ਸਲਾਹ ਆ ਕਿ ਕਦੇ ਵੀ ਕੋਈ ਜਾਲੀ ਡਾਕੂਮੈਂਟ ਨਾ ਲਾਓ ਅੰਬੈਸੀ ਦੇ ਵਿੱਚ, ਜੋ ਕੁਛ ਤੁਹਾਡੇ ਕੋਲ ਹੈਗਾ ਓਰਿਜਨਲ, ਚਾਹੇ ਓਰਿਜਨਲ ਤੁਹਾਡਾ ਬੈਂਕ ਬੈਲੈਂਸ 3 lakh ਆ, 4 lakh ਆ, 5 lakh ਆ, ਕਦੇ ਇਹ ਨਾ ਕਰੋ ਵੀ ਉੱਤੋਂ ਪੈਸੇ ਫੜ ਲਿਆ, ਉੱਤੋਂ ਪੈਸੇ ਫੜ ਲਿਆ, ਇਕੱਠੇ ਪੈਸੇ ਕਰਕੇ ਜਮ੍ਹਾਂ ਕਰਾ ਦਿੱਤੇ, ਬਾਅਦ ਵਿੱਚ ਅੰਬੈਸੀ ਸਿੱਧਾ ਹੀ ਰਿਫਿਊਜ਼ ਲਾਉਂਦੀ ਆ ਕਿ ਤੁਸੀਂ ਆਹ ਪੈਸੇ ਕਿੱਥੋਂ ਆਏ ਆ, ਹੈ ਨਾ। ਇਹਦੇ ਚ ਕੋਈ ਹੇਰੇ ਫੇਰਾ ਫੇਰੀ ਨਹੀਂ ਕਰਨੀ ਚਾਹੀਦੀ ਕਿ ਅਸੀਂ ਆਹ ਲਾ ਦਈਏ, ਆਹ ਲਾ ਦਈਏ, ਨਕਲੀ ਪੇਪਰ ਬਣਾ ਦਈਏ। ਜੋ ਕੁਛ ਤੁਹਾਡੇ ਕੋਲ ਹੈਗਾ ਉਹ ਸਾਰਾ ਕੁਛ ਲਾਓ। ਜੇ ਅੰਬੈਸੀ ਨੂੰ ਲੱਗਦਾ ਕਿ ਤੁਸੀਂ ਫੋਰਡ ਕਰ ਸਕਦੇ ਆ ਵੀ ਤੁਸੀਂ UK ਘੁੰਮਣ ਜਾਣਾ, ਜਾਂ ਤੁਸੀਂ UK ਦੀ ਜਗ੍ਹਾ ਹੋਰ ਕਿਸੇ ਕੰਟਰੀ ਘੁੰਮਣ ਜਾਣਾ, ਕੈਨੇਡਾ ਜਾਂ ਯੂਰਪ ਹੋ ਗਿਆ ਜਾਂ ਕਿਸੇ ਵੀ ਕੰਟਰੀ ਘੁੰਮਣ ਜਾਣਾ, ਜੇਕਰ ਅੰਬੈਸਡਰ ਨੂੰ ਲੱਗਦਾ ਕਿ ਤੁਹਾਡੇ ਕੋਲ ਇੰਨੇ ਫੰਡਸ ਅਵੇਲੇਬਲ ਹੈਗੇ ਆ ਕਿ ਤੁਸੀਂ ਘੁੰਮ ਸਕਦੇ ਆ, ਉਹ ਪੈਸੇ ਖਰਚ ਕੇ ਤੁਹਾਡੀ ਜ਼ਿੰਦਗੀ 'ਤੇ ਕੋਈ ਫਰਕ ਨਹੀਂ ਪਊਗਾ, ਤਾਂ ਆਈ ਐਮ ਸ਼ੋਰ ਕਿ ਤੁਹਾਨੂੰ ਵੀਜ਼ਾ ਮਿਲੂਗਾ। Thank you.
ਚੰਡੀਗੜ੍ਹ ਤੇ ਇਹਦੇ 'ਚ ਵੀ ਇੱਕ ਪਤਾ ਨਹੀਂ ਕੀ ਫੰਡਾ ਆ ਜੇ ਤੁਸੀਂ ਇਹੀ ਤੁਸੀਂ 6 ਮਹੀਨੇ ਦਾ ਵੀਜ਼ਾ ਅਪਲਾਈ ਕਰਦੇ ਆ ਜੇ ਤੁਸੀਂ ਉੱਥੇ ਕਰਦੇ ਆ ਆਪਣੇ ਜਲੰਧਰ ਤਾਂ ਉਹਦੇ ਉੱਥੇ 14,000 ਫੀਸ ਆ ਤੇ ਜੇ ਤੁਸੀਂ ਚੰਡੀਗੜ੍ਹ ਕਰਦੇ ਆ ਤਾਂ ਇੱਥੇ ਚੰਡੀਗੜ੍ਹ ਹੈਗੀ ਆ 9,000 ਫੀਸ ਬਾਕੀ ਡਿਪੈਂਡ ਕਰਦਾ ਜੇ ਤੁਸੀਂ 2 ਸਾਲ ਦਾ ਵੀਜ਼ਾ ਅਪਲਾਈ ਕਰੋ ਜਾਂ 5 ਸਾਲ ਦਾ ਅਪਲਾਈ ਕਰੋ ਤਾਂ ਕਾਫੀ ਪੈਸੇ ਦਾ ਡਿਫਰੈਂਸ ਪੈ ਜਾਂਦਾ ਇਹ ਪਤਾ ਨਹੀਂ ਕਿਉਂ ਹੈਗੇ ਤਾਂ 2 ਐਪਲੀਕੇਸ਼ਨ ਕਲੈਕਸ਼ਨ ਸੈਂਟਰ ਹੀ ਆ ਭਾਵੇਂ ਇੱਥੇ ਹੋਇਆ ਚੰਡੀਗੜ੍ਹ ਹੋਇਆ ਚਾਹੇ ਜਲੰਧਰ ਹੋਇਆ ਇਹ ਪਤਾ ਨਹੀਂ ਕੀ ਪਾਲਿਸੀ ਆ 15 ਮਿੰਟ ਤੋਂ ਸਾਡਾ ਟਾਈਮ ਹੈ ਜਦ ਤੱਕ ਆਪਾਂ ਪੀ ਲੈਂਦੇ ਹਾਂ ਚਾਹ ਜੀ ਮਿਲ ਗਈ ਤਾਂ ਘੱਟ ਸ਼ੁਕਰ ਹੈ ਬੁਖਾਰ ਨਹੀਂ ਹੈਗਾ ਨਹੀਂ ਤਾਂ ਵੈਸੀ ਫੀਸ ਜਾਂਦੀ ਲੱਗਣੀ ਸੀ ਚਾੜਾ ਤਾਂ ਨਹੀਂ ਲੱਗਦਾ ਇੱਥੇ ਕੋਈ ਵੀ ਨਹੀਂ ਚਾਹ ਨਹੀਂ ਬਣਾਉਂਦਾ ਕੌਫੀ ਹੋਣੀ ਇੱਕ ਕੌਫੀ ਪੀ ਲੈਂਦੇ ਲੈ ਲੈਂਦੇ ਹਾਂ ਉਹ ਪੁੱਛ ਲੈਣਾ ਸੀ ਵੀ ਬਾਅਦ 'ਚ ਅਟੈਕ ਆਉਣ ਵਾਲਾ ਕੰਮ ਨਾ ਹੋ ਤਾਂ ਆਉਣਾ ਹੀ ਹੈ ਹੈ ਕਿੱਦਾਂ ਹੋਈ ਸੀ ਲੇਕਿਨ ਦੱਸੀ ਇੱਕ ਵਾਰੀ ਬਾਬੇ ਦੱਸੀ ਕਿੱਦਾਂ ਹੋਈ ਸੀ ਦੱਸੀ ਸੀ ਕਿੱਦਾਂ ਹੋਈ ਸੀ ਆਪਾਂ ਇੱਥੇ ਆਏ ਸੀਗੇ ਇੱਕ ਵਾਰ ਮੇਰੇ ਫਰੈਂਡ ਦੀ ਮਦਰ ਦਾ ਸੀਗਾ ਵੀਜ਼ਾ ਅਪਲਾਈ ਕਰਨਾ ਹੈ ਤੇ ਉੱਥੇ ਆਪਾਂ ਭੁੱਖ ਲੱਗੀ ਸੀ ਕਹਿੰਦੇ ਜੂਸ ਵੀ ਲਈ ਆਹੀ ਸ਼ੌਪ ਤੇ ਜੂਸ ਮੰਗਾ ਲਿਆ 4 ਗਲਾਸ ਤੇ ਬਾਅਦ 'ਚ ਬਿੱਲ ਪੁੱਛਿਆ ਕਹਿੰਦੇ 400 ਰੁਪਇਆ ਅੱਜ ਅਟੈਕ ਆਉਂਦਾ ਫਿਰ ਦੱਸ 400 ਰੁਪਏ ਜੂਸ ਦਾ ਗਲਾਸ ਹੈ ਆਪਣੀ ਫਾਈਲ ਲੈ ਆ ਜਾ ਅੰਦਰ ਮਾਸਕ ਲਾ ਕੇ ਮਾਸਕ ਲਾ ਕੇ ਮੈਂ ਹੁਣ ਚੱਲਾਂ ਅੰਦਰ ਤੇ ਬਾਕੀ ਬਾਹਰ ਆ ਕੇ ਮਿਲਦੇ ਆ ਫਿਰ ਦੱਸ ਦਾ ਤੁਹਾਨੂੰ ਕੀ ਹੋਇਆ ਆਪਣੀ ਸਬਮਿਟ ਕਰਿਆ ਅਤੇ ਅੰਦਰ ਮੁੰਡਾ ਸੀਗਾ ਦਮਨਜੀਤ ਸਿੰਘ ਕਾਫੀ ਉਹਨੇ ਕੋਪਰੇਟ ਕੀਤਾ ਐਕਚੁਲੀ ਮੇਰੇ ਕੋਲ ਨਾ ਇੱਕ ਪੇਪਰ ਬਾਹਰੋਂ ਸਕੈਨ ਕਰਾਉਣਾ ਪਿਆ ਮੈਨੂੰ ਬਾਹਰ ਪਹਿਲਾਂ ਇੱਕ ਵਾਰੀ ਮੈਂ ਪਹਿਲਾਂ ਫਿਰ ਬਾਹਰ ਆ ਕੇ ਗਿਆ ਇੱਕ ਫੋਟੋ ਕਾਪੀ ਸਾਫ਼ ਨਹੀਂ ਸੀਗੀ ਅਤੇ ਫਿਰ ਮੈਂ ਉਹ ਬਾਹਰੋਂ ਪ੍ਰਿੰਟ ਮੰਗਾ ਕੇ ਅਤੇ ਉਹਦਾ ਪ੍ਰਿੰਟ ਕਢਾਇਆ ਅਤੇ ਬਾਕੀ ਹੁਣ ਫਾਈਲ ਜਮ੍ਹਾਂ ਕਰਾਤੀ ਆ ਸ਼ਨੀਵਾਰ ਐਤਵਾਰ ਵਿੱਚੋਂ ਕੱਢ ਕੇ ਅਤੇ 15 ਦਿਨਾਂ ਬਾਅਦ ਹੁਣ ਮਿਲਦੇ ਹਾਂ ਇਸ ਵੀਡੀਓ ਦੇ ਐਂਡ 'ਚ ਆਪਣੇ ਲੱਕੀ ਬਾਈ ਦੇ ਸਦਕੇ ਜਿਹਨੇ ਗੱਡੀ ਬਾਹਲੀ ਖਿੱਚੀ 140 'ਤੇ ਤਕਰੀਬਨ ਰੋਡ ਸਵੇਰੇ 15 ਅਸੀਂ ਤਾਂ 140 'ਤੇ ਆਉਂਦੇ ਸੀ ਆਪਾਂ ਅਤੇ ਆਪਣਾ ਬਾਈ ਕੈਮਰਾਮੈਨ ਵੀ ਨਾਲ ਹੀ ਆ ਸਾਡੇ
ਤੁਹਾਡਾ ਹੈਗਾ ਹੈਪੀ ਰਾਏਕੋਟੀ ਜੀ ਇਹ।